प्यारे विद्यार्थियों सबसे पहला मेरे चैनल पे ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਵਿਦਿਆਰਥੀਓ ਆਈਡੀਵੀਡੀ ਵਿੱਚ ਆਪਾਂ 10ਵੀਂ ਕਲਾਸ ਦੇ ਲਈ ਪੰਜਾਬੀ ਵਿਸ਼ੇ ਦੀ ਜੋ ਹਫਤਾਵਾਰੀ ਸ਼ੀਟ ਨੰਬਰ 2 ਹੈ ਅਭਿਆਸ ਸ਼ੀਟ ਨੰਬਰ 2 ਨੂੰ ਸੋਲਵ ਕਰਨ ਜਾ ਰਹੇ ਹਾਂ ਜੋ ਕਿ ਤੁਹਾਡੇ 20 ਅਗਸਤ ਤੋਂ ਜੋ ਕੰਪੀਟੈਂਸੀ ਐਗਜ਼ਾਮ ਸ਼ੁਰੂ ਹੋ ਰਹੇ ਹਨ ਤੇ ਉਸ ਦੇ ਲਈ ਆਪਾਂ ਅਭਿਆਸ ਸ਼ੀਟ ਨੰਬਰ 2 ਨੂੰ ਹੁਣ ਸੋਲਵ ਕਰ ਰਹੇ ਹਾਂ ਜੀ ਤੇ ਅਭਿਆਸ ਸ਼ੀਟ ਨੰਬਰ ਜੋ 1 ਹੈ ਪਹਿਲਾਂ ਹੀ ਸੋਲਵ ਕਰਕੇ ਚੈਨਲ ਤੇ ਅਪਲੋਡ ਕਰ ਦਿੱਤੀ ਗਈ ਹੈ ਜੇਕਰ ਉਸ ਦੀ ਤੁਸੀਂ ਵੀਡੀਓ ਨਹੀਂ ਦੇਖੀ ਤਾਂ ਉਸ ਨੂੰ ਤੁਸੀਂ ਇਸੇ ਵੀਡੀਓ ਦਾ ਜੋ ਡਿਸਕ੍ਰਿਪਸ਼ਨ ਬਾਕਸ ਹੈ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਜੋ ਲਿੰਕ ਹੈ ਉਸ ਲਿੰਕ ਤੇ ਕਲਿੱਕ ਕਰਕੇ ਤੇ ਤੁਸੀਂ ਉਸ ਵੀਡੀਓ ਨੂੰ ਦੇਖ ਸਕਦੇ ਹੋ ਜੀ ਤੇ ਵਿਦਿਆਰਥੀਓ ਅੱਗੇ ਚੱਲਣ ਤੋਂ ਪਹਿਲਾਂ ਜੇਕਰ ਤੁਸੀਂ ਮੇਰੇ ਚੈਨਲ ਨੂੰ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਇਸ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਹੈ ਜੀ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰ ਲੈਣਾ ਹੈ ਤੇ ਬੈਲ ਆਈਕਨ ਨੂੰ ਪ੍ਰੈਸ ਕਰਕੇ 올 ਦੇ ਨੋਟੀਫਿਕੇਸ਼ਨ ਜ਼ਰੂਰ ਆਨ ਕਰ ਲੈਣਾ ਹੈ ਤਾਂ ਜੋ ਮੇਰੀ ਹਰ ਇੱਕ ਨਵੀਂ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਤੇ ਵਿਦਿਆਰਥੀਓ ਆ ਹੁਣ ਆਪਾਂ ਇੱਕ ਇੱਕ ਕਰਕੇ ਸਾਰੇ ਹੀ ਕੁਐਸਚਨਸ ਨੂੰ ਸੋਲਵ ਕਰਦੇ ਹਾਂ ਜੀ ਦੇਖੋ ਆਪਣੇ ਕੋਲ ਇਸ ਤਰ੍ਹਾਂ ਹੈ ਜੀ ਪਹਿਲੇ ਕੁਐਸਚਨ ਦੇ ਵਿੱਚ ਹੈ ਪ੍ਰਸ਼ਨ ਨੰਬਰ 1 ਤੋਂ 5 ਤੱਕ ਹੇਠ ਲਿਖੇ ਵਾਰਤਾਲਾਪ ਨੂੰ ਪੜ੍ਹ ਕੇ ਪੁੱਛੇ ਗਏ ਪ੍ਰਸ਼ਨਾਂ ਦੇ ਉੱਤਰ ਦੇਣੇ ਹਨ ਇਹ ਨੀਚੇ ਜੋ ਵਾਰਤਾਲਾਪ ਹੋ ਰਹੀ ਹੈ ਇਸ ਵਾਰਤਾਲਾਪ ਨੂੰ ਆਪਾਂ ਪੜ੍ਹਨਾ ਹੈ ਪਹਿਲਾਂ ਤੇ ਇਸ ਨੂੰ ਪੜ੍ਹ ਕੇ ਫਿਰ ਆਪਾਂ ਨੀਚੇ ਕੁਝ ਕੁਐਸਚਨ ਦਿੱਤੇ ਹੋਣਗੇ ਉਹ ਕੁਐਸਚਨ ਦੇ ਆਪਾਂ ਆਨਸਰ ਦੇਣੇ ਹਨ ਜੀ ਤੇ ਤੁਸੀਂ ਸਕਰੀਨ ਸ਼ਾਟ ਲੈ ਕੇ ਇਹ ਸਾਰੇ ਹੀ ਜੋ ਵਾਰਤਾਲਾਪ ਹੈ ਉਸ ਨੂੰ ਤੁਸੀਂ ਇੱਕ ਵਾਰ ਜੂਰ ਪੜ੍ਹ ਲੈਣਾ ਹੈ ਜੀ ਤੇ ਇਹ ਪੜ੍ਹ ਕੇ ਤੇ ਫਿਰ ਆਪਾਂ ਜੋ ਨੀਚੇ ਕੁਐਸਚਨ ਪੁੱਛੇ ਹੋਣਗੇ ਉਹਨਾਂ ਕੁਐਸਚਨਸ ਦੇ ਆਪਾਂ ਅਨਸਰ ਦੇਣੀ ਹਾਂ ਜੀ ਤੇ ਇਸ ਨੂੰ ਪਹਿਲਾ ਕੁਸ਼ਣ ਦੇਖੋ ਆਪਣੇ ਕੋ ਕੀ ਹੈ ਜੀ ਉਪਰੋਕਤ ਵਾਰਤਾਲਾਪ ਦੇ ਵਿੱਚ ਸਾਧੂ ਅਨੁਸਾਰ ਇਸ ਘਰ ਵਿੱਚ ਕੌਣ ਦੁਖੀ ਹੈ ਤੇ ਇਸ ਦਾ ਆਪਣੇ ਕੋ ਜਵਾਂਸਰ ਵਾਰਤਾਲਾਪ ਦੇ ਵਿੱਚ ਪੜਾਂਗੇ ਤੁਸ ਦਾ ਅਨਸਰ ਆਏਗਾ ਹਰੀ ਚੰਦ ਇਹ ਦੇਖੋ ਆਪਾਂ ਨੂੰ ਪਹਿਲੀਆਂ ਦੋ ਲਾਈਨਾਂ ਦੇ ਵਿੱਚ ਹੀ ਮਿਲ ਜਾਏਗਾ ਇਸ ਦਾ ਅਨਸਰ ਦੇਖੋ ਜੀ ਤੇ ਇਸ ਤਰ੍ਹਾਂ ਇੱਥੇ ਲਿਖਿਆ ਸਾਧੂ ਕਹਿੰਦੇ ਹਨ ਕੋਈ ਪ੍ਰਾਣੀ ਇਸ ਘਰ ਮੇਂ ਬਹੁਤ ਦੁਖੀ ਹੈ ਤੇ ਹਰੀ ਚੰਦ ਕੀ ਕਹਿੰਦਾ ਹੈ ਮੈਂ ਜੋ ਹਾਂ ਮੇਰੇ ਨਾਲੋਂ ਦੁਖੀ ਕੌਣ ਹੋ ਸਕਦਾ ਏ ਤੇ ਇਟ ਮੀਨ ਆਪਣੇ ਕੋ ਪਹਿਲਾ ਜੋ ਅਨਸਰ ਹੈ ਉਹ ਹਰੀ ਚੰਦ ਆ ਜਾਏਗਾ ਜੀ ਤੇ ਅਗਲਾ ਅਨਸਰ ਦੇਖਦੇ ਹਾਂ ਜੀ ਆਪਣੇ ਕੋ ਅਗਲਾ ਆਪਣੇ ਕੋ ਹੈ ਜੀ ਪਹਿਲੇ ਦਾ ਅਨਸਰ ਹਰੀ ਚੰਦ ਆਇਆਗਾ ਦੂਸਰੇ ਵਾਲਾ ਦੇਖੋ ਜੀ ਵਾਰਤਾਲਾਪ ਅਨੁਸਾਰ ਮਦਨ ਆਪਣੇ ਮੱਥੇ ਤੇ 60 ਦਾ ਕੀ ਕਾਰਨ ਦੱਸਦਾ ਹੈ ਤੇ ਦੇਖੋ ਇਸ ਦੇ ਮੱਥੇ ਤੇ ਸੱਟ ਦਾ ਕੀ ਕਾਰਨ ਹੈ ਜੀ ਆਪਣੇ ਕੋਲ ਇਹ ਦੇਖੋ ਜੀ ਇੱਥੇ ਲਿਖਿਆ ਹੋਇਆ ਆਪਣੇ ਕੋ ਕ੍ਸੀੜੀਆਂੋਂ ਸੇ ਗਿਰ ਪੜਾ ਸੀੜੀਆਂ ਮਤਲਬ ਪੌੜੀਆਂ ਤੇ ਇਸ ਦਾ ਅਨਸਰ ਹੈਗਾ ਪੌੜੀਆਂ ਤੋਂ ਡਿੱਗਣ ਕਾਰਨ ਦੂਸਰਾ ਆਪਣੇ ਕੋਲ ਇਸ ਦਾ ਅਨਸਰ ਆ ਜਾਏਗਾ ਜੀ ਅਗਲਾ ਆਪਣੇ ਕੋ ਹੈ ਜੀ ਉਪਰੋਕਤ ਵਾਰਤਾਲਾਪ ਅਨੁਸਾਰ ਕਿਸ਼ੋਰ ਦੀ ਘਰ ਆਏ ਸਾਧੂਆਂ ਬਾਰੇ ਕੀ ਸੋਚ ਹੈ ਤੇ ਦੇਖੋ ਇਸ ਦੇ ਵਿੱਚ ਉਹ ਕੀ ਲਿਖਿਆ ਹੋਇਆ ਹੈ ਸਾਧੂ ਨਾਮ ਨੂੰ ਕਲੰਕਿਤ ਕਰਨ ਵਾਲੇ ਹਨ ਵਿਸ਼ਵਾਸ ਘਾਤੀ ਹਨ ਵਿਵਚਾਰੀ ਹਨ ਜਾਂ ਉਪਰੋਕਤ ਸਾਰੇ ਤਾਂ ਇਸ ਦਾ ਅਨਸਰ ਹੈਗਾ ਉਪਰੋਕਤ ਸਾਰੇ ਜੋ ਕਿਸ਼ੋਰ ਹੈ ਉਸ ਦੀ ਜੋ ਘਰ ਆਏ ਸਾਧੂਆਂ ਬਾਰੇ ਇਹ ਵਿਚਾਰ ਹੈ ਜੀ ਦੇਖੋ ਆਪਣੇ ਕੋ ਸਾਰਾ ਕੁਸ਼ਿਸ਼ ਦੇ ਵਿੱਚ ਲਿਖਿਆ ਹੋਏਗਾ ਆਪਾਂ ਇਸ ਦੇ ਵਿੱਚੋਂ ਹੀ ਪੜ ਕੇ ਸਾਰੇ ਅਨਸਰ ਲਿਖਣੇ ਹਨ ਦੇਖੋ ਆਪਣੇ ਕੋ ਲਿਖਿਆ ਹੋਇਆ ਹੈ ਜੀ ਦੇਖੋ ਕਿ ਸਾਧੂ ਨਾਮ ਤੋਂ ਕਲੰਕਿਤ ਕਰਨ ਵਾਲੇ ਹਨ विश्वासघाती मीन सारे ही लफ्ज़ उसने यूज़ किए हैं इसलिए अपने को उपरोक्त सारे आंसर आ जाएंगे अगला अपने को है जी उपरोक्त वार्तालाप में कि पात्र हैं तो गलबात जो कर रहे हैं पात्रों किन्ने अपने को टोटल छे पात्र आपस में गल् कर रहे हैं अगला क्वेश्चन अपने को इस तरह है जी वार्तालाप अनुसार किशोर ਚੁੱਟਮੁੱਟ ਸ਼ਬਦ ਕਿਸ ਲਈ ਵਰਤਦਾ ਹੈ ਤੇ ਉਹ ਵਰਤਦਾ ਹੈ ਇੱਕ ਸਾਧੂ ਲਈ ਧਿਆਨ ਨਾਲ ਦੇਖੋ ਇਸ ਦਾ ਆਪਾਂ ਲੱਭ ਲੈਣੇ ਹਨ ਜੋ ਚੁੱਟਮੁੱਟ ਸ਼ਬਦ ਉਸਨੇ ਕਿਸ ਲਈ ਯੂਜ਼ ਕੀਤਾ ਦੇਖੋ ਚੁੱਟਮੁੱਟ ਤੇ ਇਹ ਦੇਖੋ ਲਿਖਿਆ ਰਿਹਾ ਅ ਕਿਸ਼ੋਰ ਨੇ ਕੀ ਕਿਹਾ ਪਿਤਾ ਜੀ ਕੀ ਕਹਿੰਦੇ ਹੋ ਪਿਤਾ ਜੀ ਕਿਸ ਨੂੰ ਕਿਹਾ ਉਸਨੇ ਹਰੀਚੰਦ ਨੂੰ ਕੀ ਕਰਦੇ ਹੋ ਮੈਂ ਅਖਬਾਰ ਵਿੱਚ ਪੜਿਆ ਹੈ ਦੋ ਹਵਾਲਾਤੀ ਮੁਲਜ਼ਮ ਫਰਾਰ ਹੋਏ ਹੋਏ ਨੇ ਇੱਕ ਦਾ ਹੂਲੀਆ ਤਾਂ ਬਿਲਕੁਲ ਇਸ ਛੁਟਮੁਟ ਦੇ ਨਾਲ ਮਿਲਦਾ ਹੈ ਇਟ ਮੀਨ ਇੱਕ ਦਾ ਉਸਨੇ ਗੱਲ ਕੀਤੀ ਇੱਕ ਸਾਧੂ ਦੀ ਗੱਲ ਕੀਤੀ ਹੈ ਜੀ ਤੇ ਇਸ ਨੂੰ ਪਹਿਲੇ ਆਪਣੇ ਕੋ ਹੋ ਗਏ ਜੀ ਆ ਹੁਣ ਸੈਕੰਡ ਕੁਐਸਚਨ ਦੇਖਦੇ ਆ ਸੈਕੰਡ ਕੁਐਸਚਨ ਹੈ ਆਪਣੇ ਕੋ ਪ੍ਰਸ਼ਨ ਨੰਬਰ 6 ਤੋਂ ਲੈ ਕੇ 10 ਤੱਕ ਹੇਠਾਂ ਦਿੱਤੇ ਗਏ ਗ੍ਰਾਫਾਂ ਗ੍ਰਾਫਾਂ ਰਹੀਂ ਸ਼ਬਦਾਂ ਦੇ ਭੇਦ ਦੀਆਂ ਕਿਸਮਾਂ ਬਾਰੇ ਜਾਣਕਾਰੀ ਦਿੱਤੀ ਗਈ ਹੈ ਇਸ ਨੂੰ ਦੇਖ ਕੇ ਪੁੱਛੇ ਗਏ ਪ੍ਰਸ਼ਨਾਂ ਦੇ ਆਪਾਂ ਉੱਤਰ ਦੇਣੀ ਹਨ ਜੀ ਤੇ ਕਿਸਮਾਂ ਦਸੀਆਂ ਗਈਆਂ ਆਪਣੇ ਕੋਲ ਅਲੱਗ-ਅਲੱਗ ਭੇਦਾਂ ਦੀਆਂ ਸ਼ਬਦਾਂ ਦੇ ਭੇਦਾਂ ਦੀਆਂ ਤੇ ਦੇਖੋ ਇਸ ਦੇ ਵਿੱਚ ਦੇਖੋ ਜਿਸ ਤਰ੍ਹਾਂ ਨਾਮ ਪੜਨਾਮ ਕਿਰਿਆ ਵਿਸ਼ੇਸ਼ਣ ਕਿਰਿਆ ਵਿਸ਼ੇਸ਼ਣ ਸੰਬੰਧਕ ਯੋਜਕ ਵਿਸਮਿਕ ਨਾਮ ਦੀਆਂ ਕਿੰਨੀਆਂ ਕਿਸਮਾਂ ਹਨ ਪੰਜ ਕਿਸਮਾਂ ਪੜਨਾਮ ਦੀਆਂ ਕਿੰਨੀਆਂ ਕਿਸਮਾਂ ਹਨ 6 ਕਿਸਮਾਂ ਇਸ ਤਰ੍ਹਾਂ ਇਹ ਸਾਰੀਆਂ ਹੀ ਕਿਸਮਾਂ ਇੱਥੇ ਲਿਖੀਆਂ ਹੋਈਆਂ ਹਨ ਜੀ ਤੇ ਆ ਹੁਣ ਆਪਾਂ ਇੱਕ ਇੱਕ ਕਰਕੇ ਕੁਐਸਚਨਸ ਪੜ੍ਹਦੇ ਹਾਂ ਤੇ ਫਿਰ ਇਹਨਾਂ ਦੇ ਆਨਸਰ ਦਿੰਨੇ ਹਨ ਜੀ ਪਹਿਲਾ ਕੁਐਸਚਨ ਆਪਣੇ ਕੋਈ ਇਸ ਤਰ੍ਹਾਂ ਹੈ ਜੀ ਉਪਰੋਕਤ ਗ੍ਰਾਫ ਅਨੁਸਾਰ ਨਾਮ ਦੀਆਂ ਕਿਸਮਾਂ ਦੇ ਬਰਾਬਰ ਕਿਸ ਸ਼ਬਦ ਭੇਦ ਦੀਆਂ ਕਿਸਮਾਂ ਹਨ ਹੁਣ ਆਪਾਂ ਕੀਤਾ ਨਾਮ ਦੀਆਂ ਕਿਸਮਾਂ ਕਿੰਨੀਆਂ ਹਨ ਪੰਜ ਹੈ ਤੇ ਹੋਰ ਦੇਖੋ ਕਿਹਦੀਆਂ ਪੰਜ ਹਨ ਨਾਮ ਦੀਆਂ ਵੀ ਪੰਜ ਹਨ ਤੇ ਇਹ ਦੇਖੋ ਵਿਸ਼ੇਸ਼ਣ ਵਿਸ਼ੇਸ਼ਣ ਦੀਆਂ ਵੀ ਕਿੰਨੀਆਂ ਹਨ ਪੰਜ ਹਨ ਇਟ ਮੀਨ ਆਪਣੇ ਕੋ ਇਹ ਪਹਿਲੇ ਵਾਲਾ ਦਾ ਆਨਸਰ ਕੀਤਾ ਜਾਏਗਾ ਵਿਸ਼ੇਸ਼ਣ ਆ ਜਾਏਗਾ ਕਿ ਵਿਸ਼ੇਸ਼ਣ ਦੀਆਂ ਵੀ पाँच किस्म अगला है जी विस्मक दिया किनिया किस्म दस्मान देखो विस्मिक अपना इतों विमिक देखते हैं ये देखो जी विमक लास्ट वाला अपने को है तो विस्मक दि किस्म कि देखो नौ किस्म ये देखो विस्मक दिया दिन किस्म अपने को नौ किस्म ये अपने को देखो विस्मक लिखा हुआ है नीचे तो इतने अपने को इसका आंसर किया जाएगा जी नौ किस्म ਅਗਲਾ ਹੈ ਜੀ ਯੋਜਕ ਜੋਜਕ ਦੀਆਂ ਕਿੰਨੀਆਂ ਕਿਸਮਾਂ ਹੁੰਦੀਆਂ ਹਨ ਜੋਜਕ ਦੀਆਂ ਕਿਸਮਾਂ ਦੇਖੋ ਜੀ ਆਪਣੇ ਕੋ ਕਿੰਨੀਆਂ ਲਿਖੀਆਂ ਹੋਈਆਂ ਹਨ ਇੱਥੇ ਦੇਖੋ ਜੋਜਕ ਇੱਥੇ ਆਪਣੇ ਕੋ ਹੈ ਜੋਜਕ ਇਹ ਜੋਜਕ ਦੀਆਂ ਕਿਸਮਾਂ ਆਪਣੇ ਕੋ ਹਨ ਜੀ ਦੋ ਤੇ ਇੱਥੇ ਆਪਾਂ ਦੋ ਤੇ ਟਿਕ ਕਰ ਦੇਣਾ ਹੈ ਦੋ ਆਪਣੇ ਕੋ ਸਹੀ ਆਨਸਰ ਹੈ ਗ੍ਰਾਫ ਅਨਸਾਰ ਕਿਹੜੀਆਂ ਸ਼ਬਦ ਸ਼੍ਰੇਣੀਆਂ ਦੀਆਂ ਕਿਸਮਾਂ ਆਪਸ ਵਿੱਚ ਸਮਾਨ ਹਨ ਹੁਣ ਦੇਖਣਾ ਹੈ ਕਿ ਕਿਨਾਂ ਦੀ ਸਮਾਨ ਹੈ ਇੱਕ ਤਾਂ ਆਪਾਂ ਪਹਿਲਾਂ ਗੱਲ ਕੀਤੀ ਸੀ ਜੋ ਨਾਮ विशेषण इन दिया सेम फिर दूसरा देखो अपने को किरिया किरिया की कि है जी दोस्म हैं योजक दो इट मीन किरिया योजक किस्म आपस में बराबर हैं बाकी किसी ने कोई बराबर नहीं हैं इट मीन अपने को आ, नाम विशेषण किरिया योजक बराबर हैं इट मीन ऐड़ा भी सही है ईड़ी भी तो इतने लिखा है ऐड़ा अड़ी दोवों तो आप सस्े वाले तो टिक कर देनी है जी ਅੱਗੇ ਹੈ ਜੀ ਸ਼ਬਦਾਂ ਦੀਆਂ ਕਿੰਨੀਆਂ ਸ਼੍ਰਿਆਣੀਆਂ ਜਾਂ ਭੇਦ ਹਨ ਤੇ ਇਹ ਦੇਖੋ ਟੋਟਲ ਆਪਣੇ ਕੋ ਕਿੰਨੀਆਂ ਭੇਦ ਦਿੱਤੇ ਹੋਏ ਹਨ ਇੱਥੇ ਦੇਖੋ ਆਪਣੇ ਕੋ 1 2 3 4 5 6 7 ਤੇ ਟੋਟਲ ਆਪਣੇ ਕੋ 8 ਭੇਦ ਦਿੱਤੇ ਹੋਏ ਹਨ ਸ਼ਬਦਾਂ ਦੇ ਤੇ ਇੱਥੇ ਆਪਣੇ ਕੋ ਆਨਸਰ ਕੀਤਾ ਜਾਏਗਾ 8 ਸਸੇ ਤੇ ਆਪਾਂ ਟਿਕ ਕਰ ਦੇਣਾ ਹੈ ਜੀ ਤੇ ਆਓ ਅਗਲਾ ਕੁਐਸਚਨ ਦੇਖਦੇ ਹਾਂ ਜੀ ਅਗਲਾ ਕੁਐਸਚਨ ਆਪਣੇ ਕੋ ਹੈ प्रश्न नंबर ग्यारह तो पंद्रह हेठां फारम नंबर छे दिता गया है फारम नंबर छे का एक हिस्सा दिता गया है जिस विच फार्म भरने दिशा निर्देश दिते गए हैं विद्यार्थी उसू ध्यान न देख पढ़न उपरंत फार्मे पूछे गए प्रश्नों दे के उत्तर देने की कोशिश करे तो पहला देखो ये फार्म है अपने को फार्मा दिता होते हैं ਇੱਥੇ ਆਪਣੇ ਕੋਹੇ ਜੀ ਲਿਖਿਆ ਹੋਇਆ ਹੈ ਬੂਥ ਲੈਵਲ ਅਫਸਰ ਦੇ ਵੱਲੋਂ ਭਰਿਆ ਜਾਵੇ ਇਹ ਬੂਥ ਲੈਵਲ ਅਫਸਰ ਦੇ ਵੱਲੋਂ ਭਰਿਆ ਜਾਣਾ ਹੈ ਤੇ ਅ ਨੀਚੇ ਹੈ ਬਿਨੇ ਪੱਤਰ ਦੀ ਰਸੀਦ ਤੇ ਇਹ ਦੇਖੋ ਪਹਿਲਾਂ ਆਪਣੇ ਕੋ ਉਹ ਦੇਖ ਲੈਣੇ ਕੁਸ਼ਨ ਕੀ ਹੈ ਜੀ ਇਹ ਪੂਰਾ ਤੁਸੀਂ ਪੜ ਲੈਣਾ ਇਸ ਨੂੰ ਇੱਕ ਵਾਰ ਇਹ ਜੋ ਵੀ ਫਾਰਮ ਭਰਨ ਦੇ ਦਿਸ਼ਾ ਨਿਰਦੇਸ਼ ਦਿੱਤੇ ਹੋਏ ਹਨ ਠੀਕ ਹੈ ਫਿਰ ਫਾਰਮ ਕਦੋਂ ਦਾਖਲ ਕੀਤਾ ਜਾਣਾ ਹੈ ਕੌਣ ਭਰ ਸਕਦਾ ਹੈ ਫਾਰਮ ਇਹ ਸਾਰਾ ਕੁਸ਼ਿਸ ਦੇ ਵਿੱਚ ਲਿਖਿਆ ਹੈ ਫਾਰਮ ਕਿਵੇਂ ਦਾਖਲ ਕੀਤਾ ਜਾਣਾ ਹੈ ਕਿਵੇਂ ਭਰੀਏ ਫਾਰਮ ਨੂੰ ਤੇ ਫਿਰ ਇਸ ਦੇ ਨਾਮ ਦਸਤਾਵੇਜ਼ੀ ਸਬੂਤ ਕਿਹੜੇ-ਕਿਹੜੇ ਨਾਲ ਲੱਗਣੇ ਹਨ ਉਹ ਸਾਰੇ ਹਿੱਸੇ ਦੇ ਵਿੱਚ ਲਿਖਣੇ ਪੈਣਗੇ ਆਪਾਂ ਨੂੰ ਦੱਸਣੇ ਪੈਣਗੇ ਤੇ ਇਹ ਦੇਖੋ ਪਹਿਲਾਂ ਆਪਣੇ ਕੋਲ ਹੈ ਜੀ उपरोक्त फार्मे बूथ लैवल अफसर वालों किलम भरन की हदायत है तो देखो बूथ लैवल जो अफसर है उसके वालों किन्ने कलम भर की हिदायत अपी गई है तो दे देखो एक दो तीन ये बूथ लैवल अफसर द्वारा भरे जाने ते तीन कालम बूथ लैवल अफसर द्वारा भरे जाने हैं जी तो इतने अपने को ऑप्शन आ जाएगी जी तीन तो आप कर देना है पहले बड़े का आंसर अपने को आ जाएगा तीन आ जाएगा जी ਤੇ ਆਓ ਅਗਲਾ ਦੇਖਦੇ ਹਾਂ ਜੀ ਅਗਲਾ ਆਪਣੇ ਕੋ ਹੈ ਦੂਸਰਾ ਕੁਐਸਚਨ ਹੈ ਉਪਰੋਕਤ ਫਾਰਮ ਵਿੱਚ ਬਿਨੇ ਪੱਤਰ ਦੀ ਰਸੀਦ ਕਿਸ ਵੱਲੋਂ ਭਰੀ ਜਾਣੀ ਹੈ ਤੇ ਬਿਨੇ ਪੱਤਰ ਦੀ ਜੋ ਰਸੀਦ ਹੈ ਉਹ ਬਿਨੇਕਾਰ ਦੇ ਵੱਲੋਂ ਭਰੀ ਜਾਏਗੀ ਦੇਖੋ ਲਿਖਿਆ ਹੋਇਆ ਹੈ ਇੱਥੇ ਬਿਨੇ ਪੱਤਰ ਦੀ ਰਸੀਦ ਤੇ ਇੱਥੇ ਲਿਖਿਆ ਹੈ ਬਿਨੇਕਾਰ ਵੱਲੋਂ ਭਰਿਆ ਜਾਵੇ ਤੇ ਆਓ ਅਗਲਾ ਦੇਖਦੇ ਹਾਂ ਜੀ अगला अपने को है जी विनय पत् किसों संबोधित किया जाना है ये किसान संबोधित किया जाना है हल्का चोण कार रजिस्ट्रार अफसर नीत लिखा होया है किसों अपना दाखिल करना है पत् देखो जी इस पत्र जो चोण कार रजिस्ट्रार अफसर को दाखिलता जाना है तो आओ अगला क्वेश्चन देखते हैं जी अगला अपने को है जी ਵਿਨੇ ਪੱਤਰ ਦੀਆਂ ਕਿੰਨੀਆਂ ਕਾਪੀਆਂ ਦਾਖਲ ਕਰਨੀਆਂ ਹੁੰਦੀਆਂ ਹਨ ਇਹ ਵੀ ਆਪਾਂ ਦੇਖੋ ਇਸ ਦੇ ਵਿੱਚ ਹੀ ਪੜਨਾ ਹੈ ਕਿੰਨੀਆਂ ਕਾਪੀਆਂ ਦਾਖਲ ਕਰਨੀਆਂ ਹੁੰਦੀਆਂ ਹਨ ਵਿਨੇ ਪੱਤਰ ਦੀ ਕੇਵਲ ਇੱਕ ਹੀ ਕਾਪੀ ਦਾਖਲ ਕਰਨੀ ਹੁੰਦੀ ਹੈ ਤੇ ਇੱਕ ਕਾਪੀ ਆ ਜਾਏਗਾ ਆਪਣੇ ਕੋ ਇੱਥੇ ਆਪਾਂ ਇੱਕ ਦੇ ਉੱਪਰ ਟਿਕ ਲਗਾ ਦੇਣਾ ਹੈ ਜੀ ਪਹਿਲਾ ਆਪਸ਼ਨ ਆਪਣੇ ਕੋ ਅਪਰੋਕਤ ਫਾਰਮ 16 ਕੌਣ ਭਰ ਸਕਦਾ ਹੈ ਕੌਣ ਭਰ ਸਕਦਾ ਹੈ ਇਸ ਦੇ ਵਿੱਚ ਆਪਸ਼ਨਾਂ ਦਿੱਤੀਆਂ ਹੋਈਆਂ ਹਨ 18 ਸਾਲ ਦੀ ਉਮਰ ਵਾਲੇ 18 ਸਾਲ ਜਾਂ ਇਸ ਤੋਂ ਵੱਧ ਉਮਰ ਵਾਲੇ ਊੜਾ ਅਤੇ ਐੜਾ ਦੋਵੇਂ ਜਾਂ ਉਪਰੋਕਤ ਸਾਰੇ ਤੇ 18 ਸਾਲ ਦੀ ਉਮਰ ਵਾਲੇ ਵੀ ਭਰ ਸਕਦੇ ਹਨ 18 ਸਾਲ ਤੋਂ ਉਮਰ ਤੋਂ ਵੱਧ ਵਾਲੇ ਵੀ ਇਹ ਭਰ ਸਕਦੇ ਹਨ ਇਟਮੀ ਨੇ ਇੱਥੇ ਊੜਾ ਅਤੇ ਐੜਾ ਦੋਨੋਂ ਹੀ ਜੋ ਆਪਸ਼ਨ ਹੈ ਉਹ ਆਪਣੇ ਕੋ ਸਹੀ ਆਨਸਰ ਹੈ ਇਸ ਦੇ ਵਿੱਚ ਦੇਖੋ ਪਹਿਲੀ ਲਾਈਨ ਦੇ ਵਿੱਚ ਆਪਣੇ ਕੋ ਲਿਖਿਆ ਹੈ ਕੌਣ ਇਸ ਨੂੰ ਭਰ ਸਕਦਾ ਹੈ ਇਹ ਦੇਖੋ ਜੀ ਕੌਣ ਭਰ ਸਕਦਾ ਹੈ ਤੇ ਇਹ ਦੇਖੋ ਲਿਖਿਆ ਹੈ ਉਸ ਸਾਲ ਦੀ ਜਨਵਰੀ ਦੀ ਪਹਿਲੀ ਤਾਰੀਖ ਨੂੰ ਯੋਗਤਾ ਮਿਤੀ ਦੇ ਆਧਾਰ ਤੇ ਵੋਟਰ ਸੂਚੀ ਦੀ ਸਿਧਾਈ ਕੀਤੀ ਜਾਂਦੀ ਹੈ 18 ਸਾਲ ਜਾਂ ਉਸ ਤੋਂ ਵੱਧ ਉਮਰ ਦਾ ਵਿਅਕਤੀ ਜੋ ਪਹਿਲੀ ਵਾਰ ਆਪਣੀ ਵਿਨੇਪੱਤਰ ਦੇ ਰਿਹਾ ਪਹਿਲੀ ਵਾਰ ਜੋ ਵੋਟ ਬਣਾ ਰਿਹਾ ਹੈ ਉਹ ਇਹ ਪਰ ਸਕਦਾ ਹੈ ਜੀ ਹੋਪਸ ਨੂੰ ਤੁਹਾਨੂੰ ਸਾਰੇ ਜੋ ਕੁਐਸਚਨ ਕਰਵਾਏ ਹਨ ਉਹ ਅਚਿਤਨਾ ਸਮਝ ਲੱਗੇ ਹੋਣਗੇ ਜੇਕਰ ਵੀਡੀਓ ਤੁਹਾਨੂੰ ਅੱਛੀ ਲੱਗੀ ਤੇ ਇਸ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਨਾ ਹੈ ਜੀ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਹੈ ਤੇ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰ ਲੈਣਾ ਹੈ ਤੇ ਬੈਲ ਆਈਕਨ ਨੂੰ ਪ੍ਰੈਸ ਕਰਕੇ ਆਲ ਦੇ ਨੋਟੀਫਿਕੇਸ਼ਨ ਨੂੰ ਜ਼ਰੂਰ ਔਨ ਕਰ ਲੈਣਾ ਹੈ ਤਾਂ ਜੋ ਮੇਰੀ ਹਰ ਇੱਕ ਨਵੀਂ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਤੇ ਹੁਣ ਸਾਨੂੰ ਆਪਾਂ ਮਿਲਾਂਗੇ ਇੱਕ ਨਵੀਂ ਵੀਡੀਓ ਵਿੱਚ ਇੱਕ ਨਵੀਂ ਜਾਣਕਾਰੀ ਲੈ ਕੇ ਉਦੋਂ ਤੱਕ ਲਈ ਧੰਨਵਾਦ